ਕੱਲ੍ਹ ਜੀ ਅਣਹੋਣੀ ਹੋ ਗਈ ਜੀ, ਉਹ ਨਹਿਰ 'ਚ ਸਾਲ ਮਾਰ ਗਏ। ਮੇਰੇ ਨਾਲ ਜੀ ਹੁਣ 10-15 ਦਿਨਾਂ ਤੋਂ ਕਾਫੀ ਪਰੇਸ਼ਾਨ ਤੇ ਜੀ, ਗੱਲਬਾਤ ਕਰਦੇ ਰਹਿੰਦੇ ਤੇ, ਬਸ ਉਹ ਮਹਿਕਮੇ ਦਾ ਹੀ ਨਾਂ ਲੈਂਦੇ ਤੇ ਵੀ ਮੈਨੂੰ ਮਹਿਕਮੇ ਨੇ ਬਹੁਤ ਪਰੇਸ਼ਾਨ ਕੀਤਾ। ਅਨਪੜ੍ਹ ਸਰਪੰਚ ਨੇ ਇਹ, ਉਲਝਣ ਤਾਣੀ 'ਚ ਪਏ ਹੋਏ ਨੇ, ਇਹਨਾਂ ਨੂੰ ਵਿਜੀਲੈਂਸ ਦਾ ਡਰਾਬਾ ਦੇ ਕੇ ਟੈਨਸ਼ਨ 'ਚ ਰਹਿੰਦੇ, ਇਹਦੇ ਸੁਸਾਈਡ ਕਰ ਗਿਆ ਇਹ। ਹਾਂ, ਉਹ ਗੋਤਾਖੋਰਾਂ ਨੇ ਲਾਸ ਕੱਢ ਕੇ ਉਹਨਾਂ ਨੇ ਨੰਬਰ ਕੀਤਾ ਜੀ ਸਾਨੂੰ, ਫਿਰ ਗਾਹ ਤੋਂ ਗਾਹ ਪਰ ਗੱਲ ਕਰੋ, ਕੋਈ ਪੈਸੇ ਵੀ ਲੈ ਕੇ ਗਏ ਆ ਉੱਥੇ ਦੇਣ ਵਾਸਤੇ ਕੋਈ? ਹਾਂ ਜੀ, 1,00,000 ਲੈ ਕੇ ਗਏ ਤੇ ਜੀ ਦੇਣ ਵਾਸਤੇ। ਇਹ ਤੋਂ 420 ਨਾਲ ਕੰਮ ਕਰਵਾਈ ਗਏ, ਸਾਈਨ ਕਰਵਾਈ ਗਏ, ਪੈਸੇ ਇਹ ਤੋਂ ਖਾਈ ਗਏ ਨੇ ਜੀ। ਅਸੀਂ ਤਾਂ ਜਿੰਨੀ ਚਿਰ ਇਹਨਾਂ ਦੇ ਪਰਚਾ ਨਹੀਂ ਦਰਜ ਹੁੰਦਾ ਉਨ ਚਿਰ ਅਸੀਂ ਇਹਦਾ ਸੰਸਕਾਰ ਨਹੀਂ ਕਰਦੇ ਹੈਗੇ। ਬਸ ਇਕੱਲਾ ਪਰਸ ਮਿਲਿਆ ਜੀ, ਇੱਕ ਅਨਪੜ੍ਹ ਬੰਦਾ ਤੇ ਜੀ, ਇਹਨੂੰ ਬਹੁਤ ਟੌਟ ਕੀਤਾ ਗਿਆ ਜੀ, ਉਦੋਂ ਧੱਕੇ ਨਾਲ ਖਾਲੀ ਚੈੱਕਾਂ ਤੇ ਸਾਈਨ ਕਰਾਏ ਗਏ। ਜਿਹੜੇ ਪੈਸੇ ਲੈ ਕੇ ਮਿਲੇ ਗਏ? ਨਹੀਂ ਨਹੀਂ ਮਿਲੇ ਨਹੀਂ। ਮੇਰਾ ਨਾਮ ਧਰਮਜੀਤ ਸਿੰਘ ਹੈ ਜੀ, ਮੈਂ ਦਦਾਰ ਸਿੰਘ ਸਰਪੰਚ ਦਾ ਭਾਈ ਹਾਂ ਜੀ। ਕੱਲ੍ਹ ਜੀ ਅਣਹੋਣੀ ਹੋ ਗਈ ਜੀ, ਉਹ ਨਹਿਰ 'ਚ ਸਾਲ ਮਾਰ ਗਏ। ਮਹਿਕਮਾ ਉਹਨਾਂ ਨੂੰ ਕਈ ਦਿਨ ਦਾ ਬਹੁਤ ਪਰੇਸ਼ਾਨ ਕਰ ਰਿਹਾ ਸੀ। ਕਿਸ ਕਾਰਨਾਂ ਕਰਕੇ ਨਹਿਰ 'ਚ ਛਾਲ ਮਾਰੀ? ਉਹਨੂੰ ਮਹਿਕਮਾ ਪਤਾ ਨਹੀਂ ਜੀ ਕੀ, ਉਹਨੂੰ ਬਹੁਤ ਪਰੇਸ਼ਾਨ ਕਰ ਰਹੇ ਸੀ ਜੀ ਕਈ ਦਿਨ ਤੋਂ ਮਹਿਕਮਾ। ਉਹਦੀ ਕਾਗਜ਼ੀ ਕਾਰਵਾਈ ਵੀ ਸਾਰੀ, ਵੀਡੀਓ ਦਫ਼ਤਰ ਫੋਨ ਆਉਂਦੇ ਤੇ ਜੀ ਉਹਨਾਂ ਨੂੰ, ਅਤੇ ਉਹਦੀ ਕਾਰਵਾਈ ਵੀ ਸਾਰੀ ਉਹਨਾਂ ਨੇ ਰੱਖ ਲਈ ਜੀ। ਕਾਰਨਾਂ ਜੀ ਇਹੀ ਆ ਜੀ, ਉਹਦੇ ਕੰਨੀ ਪੈਸੇ ਕਾਫੀ ਕੱਟਤੇ ਜੀ। ਹਾਂ, ਉਹਨੂੰ ਮਤਲਬ ਬਹੁਤ ਹੈ ਜੀ, ਉਹ ਤੋਂ ਖਾਲੀ ਚੈੱਕਾਂ ਤੋਂ ਸਾਈਨ ਕਰਾ ਲਏ ਜੀ, ਤੇ ਪੈਸੇ ਗਾਹਾਂ ਦਿੱਤੇ ਨਹੀਂ ਜੀ ਲੇਬਰ ਨੂੰ। ਹਾਂ ਜੀ, ਉਹਦੇ ਕਾਰਨ ਉਹਦੇ ਸਿਰ ਪਾਤਾ ਜੀ ਸਾਰਾ ਕਰਤਾ ਧਰਤਾ। ਤੁਹਾਡੇ ਨਾਲ ਕਦੋਂ ਗੱਲ ਹੋਈ ਕੱਲ? ਮੇਰੇ ਨਾਲ ਜੀ ਹੁਣ 10-15 ਦਿਨਾਂ ਤੋਂ ਕਾਫੀ ਪਰੇਸ਼ਾਨ ਤੇ ਜੀ, ਗੱਲਬਾਤ ਕਰਦੇ ਰਹਿੰਦੇ ਤੇ, ਬਸ ਉਹ ਮਹਿਕਮੇ ਦਾ ਹੀ ਨਾਂ ਲੈਂਦੇ ਤੇ ਵੀ ਮੈਨੂੰ ਮਹਿਕਮੇ ਨੇ ਬਹੁਤ ਪਰੇਸ਼ਾਨ ਕੀਤਾ। ਨਾਂ ਸੈਕਟਰੀ ਦੀ ਪਹਿਲਾਂ ਅਮਰੀਕ ਸਿੰਘ ਦੀ, ਇੱਕ ਜੇਈ ਦੀ ਜੀ, ਲੋਕ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ। ਲੈਣ ਦੇਣ ਜੀ 4-5 ਲੱਖ ਦੀ ਹਲੇ। ਦਫ਼ਤਰ ਪਟਿਆਲੇ? ਹਾਂ, ਹੁਣ ਦਫ਼ਤਰ ਪਟਿਆਲੇ ਆ ਜੀ। ਕੱਲ ਸਾਨੂੰ ਤਕਰੀਬਨ 4-5 ਵਜੇ ਪਤਾ ਲੱਗਿਆ। ਹਾਂ, ਉਹ ਗੋਤਾਖੋਰਾਂ ਨੇ ਲਾਸ ਕੱਢ ਕੇ ਉਹਨਾਂ ਨੇ ਨੰਬਰ ਕੀਤਾ ਜੀ ਸਾਨੂੰ, ਫਿਰ ਗਾਹ ਤੋਂ ਗਾਹ ਪਰ ਗੱਲ ਕਰੋ, ਕੋਈ ਪੈਸੇ ਵੀ ਲੈ ਕੇ ਗਏ ਆ ਉੱਥੇ ਦੇਣ ਵਾਸਤੇ ਕੋਈ? ਹਾਂ ਜੀ, 1,00,000 ਲੈ ਕੇ ਗਏ ਤੇ ਜੀ ਦੇਣ ਵਾਸਤੇ। ਅੱਛਾ, ਉਹ ਕਿਹਨੂੰ ਦਿੱਤਾ ਪਿਆ? ਉਹ ਹਲੇ ਸਾਨੂੰ ਕੁਛ ਨਹੀਂ ਪਤਾ ਜੀ ਕਿਹਨੂੰ ਦਿੱਤਾ, ਇਹ ਤਾਂ ਮਹਿਕਮੇ ਨੂੰ ਪਤਾ ਜੀ। ਹੁਣ ਸਾਡੀ ਤਾਂ ਇਹੀ ਮੰਗ ਆ ਵੀ ਮਹਿਕਮੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ ਦਵਾਏ। ਘਰੋਂ ਕਹਿ ਕੇ ਗਏ ਸੀ ਮੈਂ ਦਫ਼ਤਰ ਜਿੰਨੇ ਪੈਸੇ ਲੈ ਕੇ? ਹਾਂ ਜੀ, ਕਰੋਂਗੇ। ਬਸ ਇਕੱਲਾ ਪਰਸ ਮਿਲਿਆ ਜੀ, ਇੱਕ ਅਨਪੜ੍ਹ ਬੰਦਾ ਤੇ ਜੀ, ਇਹਨੂੰ ਬਹੁਤ ਟੌਟ ਕੀਤਾ ਗਿਆ ਜੀ, ਉਦੋਂ ਧੱਕੇ ਨਾਲ ਖਾਲੀ ਚੈੱਕਾਂ ਤੇ ਸਾਈਨ ਕਰਾਏ ਗਏ। ਜਿਹੜੇ ਪੈਸੇ ਲੈ ਕੇ ਮਿਲੇ ਗਏ? ਨਹੀਂ ਮਿਲੇ, ਪੈਸੇ ਨਹੀਂ ਮਿਲੇ। ਉਹ ਸਾਰਾ ਮੈਂ ਘਰੋਂ, ਕਿੰਨੇ ਵਜੇ ਘਰੋਂ? ਤਕਰੀਬਨ 10:30 ਵਜੇ ਗਏ ਨੇ ਜੀ, ਸਕੂਟਰੀ ਤੇ ਗਏ ਨੇ ਜੀ। ਲਾਸ ਦਾ ਸਾਨੂੰ ਤਕਰੀਬਨ 4-5 ਵਜੇ ਪਤਾ ਲੱਗਾ। ਸਕੂਟਰੀ ਕਿੱਥੋਂ ਮਿਲੀ? ਸਕੂਟਰੀ ਮਿਲੀ ਨਹੀਂ ਜੀ ਹਲੇ, ਨਾ ਫੋਨ ਮਿਲਿਆ ਜੀ, ਨਾ ਸਕੂਟਰੀ ਮਿਲੀ ਆ ਹਲੇ, ਨਾ ਪੈਸੇ ਮਿਲੇ ਨਹੀਂ ਜੀ। ਦੇਖੋ ਜੀ, ਜਿਵੇਂ ਹੁਣ ਵਿਜੀਲੈਂਸ ਦੀਆਂ ਇਨਕੁਆਇਰੀਆਂ ਚੱਲਦੀਆਂ ਨੇ, ਇਹ ਅਕਸਰ ਮਿਲਦਾ ਰਹਿੰਦਾ ਸੀ, ਦੱਸਦਾ ਰਹਿੰਦਾ ਸੀ, ਕਹਿੰਦਾ ਮੈਨੂੰ JER ਸੈਕਟਰੀ ਵੀ ਨਾ ਤਾਂ ਮੇਰਾ ਰਿਕਾਰਡ ਮੇਨਟੇਨੈਂਸ ਕਰਦੇ ਨੇ, ਨਾ ਹੀ ਮੇਰੀ ਮਿਣਤੀ ਕਰਦੇ ਨੇ, ਵੀ ਲੇਬਰ ਦੇ ਮੇਰੇ ਪੈਸੇ ਕੱਟਤੇ, ਵੀ ਖਾਲੀ ਚੈੱਕਾਂ ਦੇ ਕਰਾ ਕੇ ਪੇਮੈਂਟ ਕਰਾ ਲਈ, ਵੀ ਪੇਮੈਂਟ ਲੇਬਰ ਦੀ ਖੜੀ ਆ। ਅਕਸਰ ਇਹ ਪਰੇਸ਼ਾਨ ਰਹਿੰਦੀ, 20-25 ਦਿਨ ਤੋਂ ਮੈਨੂੰ ਮਿਲਦਾ ਰਿਹਾ ਵੀ ਮੈਨੂੰ ਮਹਿਕਮਾ ਤੰਗ ਕਰ ਰਿਹਾ। ਔਰ ਲਵਾਣਾ ਟੇਕੂ ਦੇ ਸਰਪੰਚ ਨੇ ਵੀ ਸ਼ਿਕਾਇਤ ਕੀਤੀ ਹੋਈ ਹੈ JER ਤਰਲੋਚਨ ਦੀ, ਵੀ ਮੇਰੀ ਮਿਣਤੀ ਨਹੀਂ ਕਰ ਰਿਹਾ। ਪਰ ਇਹ ਮਿਣਤੀ ਨਹੀਂ ਕਰਦਾ, ਜਿੰਨਾ ਚਿਰ ਮਿਣਤੀ ਨਹੀਂ ਕਰਦਾ ਉਹ ਪੈਸੇ ਨਹੀਂ ਉਹਦੇ ਰਿਕਾਰਡ 'ਚ ਪੈਂਦੇ ਹੈਗੇ, ਨਾ ਹੀ ਇਹ ਰਿਕਾਰਡ ਮੇਨਟੇਨੈਂਸ ਰੱਖਦੇ, ਨਾ ਹੀ ਮਿਣਤੀ ਕਰਦੇ ਨੇ। ਇਸ ਕਰਕੇ ਸਰਪੰਚ, ਅਨਪੜ੍ਹ ਸਰਪੰਚ ਨੇ ਇਹ ਉਲਝਣ ਤਾਣੀ 'ਚ ਪਏ ਹੋਏ ਨੇ, ਇਹਨਾਂ ਨੂੰ ਵਿਜੀਲੈਂਸ ਦਾ ਡਰਾਬਾ ਦੇ ਕੇ ਟੈਨਸ਼ਨ 'ਚ ਰਹਿੰਦੇ, ਇਹਦੇ ਸੁਸਾਈਡ ਕਰ ਗਿਆ ਇਹ। ਰਿਕਾਰਡ ਵੀ ਮਹਿਕਮੇ ਲਵਿਆ। ਅੱਛਾ, ਇਹ ਖਾਲੀ ਚੈੱਕ ਤੇ ਸਾਈਨ ਕਰਾਏ? ਇਹਦੇ ਦਦਾਰ ਦੇ ਦੱਸਣ ਮੁਤਾਬਕ ਆ, ਕਹਿੰਦਾ ਮੈਂ ਤੋਂ ਖਾਲੀ ਚੈੱਕਾਂ ਦੇ ਸਾਈਨ ਕਰਾ ਲਏ, ਲੇਬਰ ਇਹਦੇ ਘਰੇ ਗੇੜੇ ਮਾਰਦੀ ਹੈ ਵੀ ਸਾਡੀ ਪੇਮੈਂਟ ਨਹੀਂ ਹੋਈ ਹੈਗੀ। ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਵੀ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ, ਨਹੀਂ ਸੰਸਕਾਰ ਨਹੀਂ ਕਰਦੇ ਹੁਣ ਤੱਕ, ਜਿੰਨਾ ਚਿਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਹੈਗਾ ਜੀ। ਕੈਦੂਪੁਰ ਤੋਂ ਸਰਪੰਚ ਸਾਹਿਬ ਨੂੰ ਮੈਂ ਫੋਨ ਕੀਤਾ ਜੀ, ਅੱਜ ਤੋਂ 4 ਦਿਨ ਪਹਿਲਾਂ। ਮੈਂ ਸਰਪੰਚ ਸਾਹਿਬ, ਤੁਸੀਂ ਮੇਰੇ ਕੋਲ ਆ ਨਹੀਂ ਰਹੇ ਹੈਗੇ, ਡੇਲੀ ਮੇਰੇ ਕੋਲ ਸ਼ਾਮ ਨੂੰ ਆਉਂਦਾ ਸੀ ਉਹ, ਪਰ ਉਹਨੂੰ ਮਹੀਨਾ ਹੋ ਗਿਆ ਮੇਰੇ ਕੋਲ ਆਇਆ ਨਹੀਂ। ਕਹਿੰਦਾ ਸੋਚੇ, ਕਹਿੰਦਾ ਵੀ ਮੈਨੂੰ ਆਪਣਾ ਸੈਕਟਰੀ ਤੰਗ ਕਰਦਾ। ਮੈਂ ਕੀ ਗੱਲ? ਕਹਿੰਦਾ ਰਿਕਾਰਡ ਨਹੀਂ ਦੇ ਰਿਹਾ ਹੈਗਾ। ਮੈਂ ਵੀ ਤੂੰ ਮੇਰੇ ਕੋਲ ਆਪਦਾ ਨੰਬਰ ਲੈ ਕੇ ਆ, ਆਪਾਂ ਨੂੰ ਪੁੱਛੇ ਵੀ ਤੂੰ ਰਿਕਾਰਡ ਕਿਉਂ ਨਹੀਂ ਦੇ ਰਿਹਾ ਹੈਗਾ।
ਇਹ ਸਾਰਾ ਹੀ ਸੈਕਟਰੀ ਜੋ ਵੀ ਇਹਨਾਂ ਦਾ ਪੰਚਾਇਤ ਮਹਿਕਮਾ ਹੈ ਜੀ ਇਹ ਜ਼ਿੰਮੇਵਾਰ ਨੇ ਇਹਨਾਂ ਦੇ ਇਹ ਅਨਪੜ੍ਹ ਬੰਦਾ ਸੀ ਇਹ ਤੋਂ 420 ਨਾਲ ਕੰਮ ਕਰਵਾਈ ਗਏ ਸਾਈਨ ਕਰਵਾਈ ਗਏ ਪੈਸੇ ਇਹ ਤੋਂ ਖਾਈ ਗਏ ਨੇ ਜੀ ਅਸੀਂ ਤਾਂ ਜਿੰਨੀ ਚਿਰ ਇਹਨਾਂ ਦੇ ਪਰਚਾ ਨਹੀਂ ਦਰਜ ਹੁੰਦਾ ਉਨੀ ਚਿਰ ਅਸੀਂ ਇਹਦਾ ਸੰਸਕਾਰ ਨਹੀਂ ਕਰਦੇ ਹੈਗੇ ਚਾਹੇ ਸਾਨੂੰ ਧਰਨਾ ਲਾਉਣਾ ਪਵੇ ਠੀਕ ਹੈ ਜੀ ਜੇ ਹੀ ਅਤੇ ਜੋ ਵੀ ਕੋਈ ਇਹਨਾਂ ਦਾ ਕੋਈ ਵੀਡੀਓ ਜਾਂ ਕੋਈ ਹੋਰ ਵੀ ਅਫਸਰ ਹੈਗੇ ਨੇ ਸਾਰੇ ਉਹ ਜ਼ਿੰਮੇਵਾਰ ਨੇ ਇਹਨਾਂ ਦੀ ਇਹਦੀ ਮੌਤ ਦੇ ਕੀ ਮੰਗ ਕਰ ਰਹੇ ਨੇ ਸਾਡੇ ਦਿਦਾਰ ਸਿੰਘ ਸਰਪੰਚ ਸੀ ਜੀ ਕੈਦੂਪੁਰ ਦੇ ਉਹਨਾਂ ਦੀ ਰਾਤ ਪਤਾ ਲੱਗਿਆ ਡੈਥ ਹੋ ਗਈ ਹੈ ਭਖੜਾ ਨੈਚ ਉਹਨਾਂ ਛਾਲ ਮਾਰੀ ਹੈ ਉਹਨਾਂ ਦੀ ਕਾਰਵਾਈ ਜਿਹੜੀ ਹੈ ਪਛਾਣੇ ਵਾਲੇ ਕਰ ਰਹੇ ਥਾਣੇ ਇਹਨਾਂ ਵੱਲੋਂ ਤੁਹਾਡੇ ਕੋਲ ਆਏ ਨੇ ਫੈਕਟਰੀ ਆ ਕੋਈ ਨਹੀਂ ਸਾਡੇ ਕੋਲ ਆਏ ਸੀ ਅਸੀਂ ਇਹਨਾਂ ਨੂੰ ਕਹਿਤਾ ਸੀ ਵੀ ਤੁਹਾਡਾ ਬੂਆ ਉੱਥੋਂ ਦਾ ਬੰਦਾ ਅਫਸਰ ਸਾਹਿਬਾਨਾਂ ਨੂੰ ਵੀ ਦੱਸਤਾ ਸੀ ਉੱਥੇ ਕਾਰਵਾਈ ਚੱਲ ਰਹੀ ਉੱਥੇ ਗਏ ਹੋਏ पंडित एम के शर्मा फीस नहीं इनाम लवांगा धोखा नहीं कम करांगा माता रानी ने चाया ता खून दे हंजू नहीं आन देवांगा पंडित मौलवी तो विश्वास खो चुके एक बार जरूर अजमाओ पंडित एम के शर्मा प्रेमी प्रेमिका नु मिलाना सोतन दुश्मन तो छुटकारा विदेश यात्रा च रुकावट माता पिता नु मनाना एक बार मिलाओ फोन ते जरूर अजमाओ अपनी किस्मत करो संपर्क 97793995956